ਦੇਖੋ ਜੀ, ਜਿਹੜਾ ਆਪਣਾ ਪੰਜਾਬ ਹੈ ਨਾ ਜੀ, ਪੰਜਾਬ ਕੋਲ ਇਹੋ ਜਿਹੀ ਮਿੱਟੀ ਹੈ ਜਿਹੜੀ ਕਿਸੇ ਹੋਰ ਦੇਸ਼ ਕੋਲ ਨਹੀਂ ਹੈ, ਪੰਜਾਬ ਕੋਲ ਇਹੋ ਜਿਹਾ ਵਾਤਾਵਰਨ ਜਿਹੜਾ ਕਿਸੇ ਹੋਰ ਦੇਸ਼ ਕੋਲ ਨਹੀਂ, ਪੰਜਾਬ ਕੋਲ ਇਹੋ ਜਿਹਾ ਸੱਭਿਆਚਾਰ ਅਤੇ ਇੱਥੋਂ ਦਾ ਜਿਹੜਾ ਕਹਿੰਦੇ ਹੁੰਦੇ ਇਨਵਾਇਰਮੈਂਟਲ ਕ੍ਰਾਈਟੀਰੀਆ, ਸਾਂਝੀਵਾਲਤਾ ਦਾ ਪ੍ਰਤੀਕ ਹੈ ਜਿਹੜਾ, ਉਹੋ ਜਿਹਾ ਮੈਂ ਕਹਿੰਦਾ ਵਾਤਾਵਰਨ ਹੀ ਨਹੀਂ ਕਿਸੇ ਹੋਰ ਦੇਸ਼ ਕੋਲ। ਹੋਰ ਤੁਸੀਂ ਕੈਨੇਡਾ ਚੱਲ ਜਾਓ, ਮਿਹਨਤ 30-30 ਡਿਗਰੀ ਤਾਪਮਾਨ ਹੈ ਨਾ, ਜਿਹੜੇ ਬੰਦੇ ਇੱਥੇ ਕਹਿੰਦੇ ਹੁੰਦੇ ਨਾ ਵੀ ਨਾ ਠੰਡ ਨਾ ਗਰਮੀ, ਇੰਨਾ ਸੋਹਣਾ ਮੌਸਮ ਹੈ ਨਾ, ਇਹੋ ਜਿਹਾ ਵਾਤਾਵਰਨ ਕਿਸੇ ਦੇਸ਼ ਕੋਲ ਹੈ ਨਹੀਂ। ਮੈਂ ਤਾਂ ਜਾਣਾ ਹੀ ਨਹੀਂ ਸੀ ਚਾਹੁੰਦਾ, ਮੈਨੂੰ ਤਾਂ